Assalamualaikum, ki hal chal hai tuhade saryan de. Allah taala tuhanu khushbash rakhe, abad rakhe, apne ghara ch shad rakhe. Amin. ਹਾਂ ਜੀ ਜਨਾਬ, ਅਸੀਂ ਅੱਜ ਹਾਜ਼ਰ ਹੋ ਗਏ ਇੱਕ ਨਵਾਂ ਵਲੌਗ ਲੈ ਕੇ ਅਤੇ ਪਿੰਡ ਦਾ ਮਾਹੌਲ ਸੀ ਅਤੇ ਮੈਂ ਕਿਹਾ ਨਾਲ ਨਾਲ ਅੱਜ ਪੰਜਾਬੀ ਦੇ ਵਿੱਚ ਇਹਦੇ 'ਤੇ ਆਵਾਜ਼ ਰਿਕਾਰਡ ਕਰ ਲੈਂਦੇ ਆਪਾਂ। ਅਤੇ ਮੈਂ ਜਨਾਬ ਗਈ ਪਿੰਡ ਦੀਆਂ ਖੇਤਾਂ 'ਚ ਅਤੇ ਉੱਥੇ ਜਾ ਕੇ ਮੈਂ ਤੁਹਾਡੇ ਲਈ ਵੀਡੀਓ ਸ਼ੂਟ ਕੀਤੀ। ਇਹ ਜਨਾਬ ਅਮਰੂਦਾਂ ਦਾ ਪੂਰਾ ਬਾਗ ਸੀ ਅਤੇ ਇਹ ਆਹ ਵਾਲਾ ਫਲ ਜਿਹੜਾ ਸੀ ਇਹਨਾਂ ਨੇ ਉਤਾਰ ਦਿੱਤਾ। ਆ ਦੇਖੋ ਨੀਚੇ ਬਹੁਤ ਜ਼ਿਆਦਾ ਪੱਤੇ ਡਿੱਗੇ ਹੋਏ ਨੇ ਅਤੇ ਇਸੇ ਵਾਸਤੇ ਡਿੱਗੇ ਹੋਏ ਨੇ ਕਿ ਦੋ ਦਫ਼ਾ ਫਲ ਲੱਗਦਾ ਆ ਅਮਰੂਦਾਂ ਨੂੰ। ਇੱਕ ਦਫ਼ਾ ਦਾ ਫਲ ਉਤਾਰ ਦਿੰਦੇ ਨੇ ਅਤੇ ਫਿਰ ਦੂਸਰੀ ਦਫ਼ਾ ਦਾ ਫਲ ਬਹੁਤ ਜ਼ਿਆਦਾ ਚੰਗਾ ਲੱਗਦਾ ਨੇ, ਜ਼ਰਾ ਮੋਟੇ ਅਮਰੂਦ ਬਣਦੇ ਨੇ, ਮਿੱਠੇ ਅਮਰੂਦ ਬਣਦੇ ਨੇ। ਅਤੇ ਧੁੱਪ ਦੀ ਵਜ੍ਹਾ ਤੋਂ ਜਿਹੜੇ ਕੁਛ ਬੂਟੇ ਸੁੱਕੇ ਵੀ ਹੋਏ ਸੀ, ਲੇਕਿਨ ਇਹ ਹੈ ਕਿ ਮਾਹੌਲ ਜ਼ਬਰਦਸਤ ਲੱਗ ਰਿਹਾ ਸੀ। ਆਮ ਦਾ ਬੂਟਾ ਹੈ, ਛਾਂ ਕਿੱਡੀ ਗੂੜੀ ਹੈ ਇਹਦੀ ਦੇਖੋ। ਅਤੇ ਬੜਾ ਚੰਗਾ ਲੱਗ ਰਿਹਾ ਸੀ ਉੱਥੇ ਜਾ ਕੇ ਪਿੰਡ ਦੇ ਵਿੱਚ। ਪਿੰਡ ਦਾ ਮਤਲਬ ਕਿ ਖੇਤਾਂ 'ਚ ਜਾ ਕੇ ਬਹੁਤ ਅੱਛਾ। ਜੀ ਆਹ ਦੇਖੋ ਜੀ ਨਲਕਾ, ਇਹਨੂੰ ਕਹਿੰਦੇ ਨੇ ਨਲਕਾ, ਇਹਨੂੰ ਮਾਡਰਨ ਜ਼ਬਾਨ 'ਚ ਲੋਕ ਹੈਂਡ ਪੰਪ ਵੀ ਕਹਿੰਦੇ ਨੇ। ਆ ਮੈਂ ਤੁਹਾਨੂੰ ਚਲਾ ਕੇ ਵੀ ਦਿਖਾ ਦਿਆਂ। ਅਤੇ ਖੇਤਾਂ 'ਚ ਲੱਗਿਆ ਹੋਇਆ ਨਲਕੇ ਦਾ ਪਾਣੀ ਬਹੁਤ ਹੀ ਮਿੱਠਾ ਅਤੇ ਬਹੁਤ ਹੀ ਠੰਡਾ ਆਉਂਦਾ ਨੇ। ਉੱਤੋਂ ਦਰਖਤ ਦੇ ਥੱਲੇ ਲੱਗਾ ਹੋਇਆ ਅਤੇ ਬਹੁਤ ਹੀ ਜ਼ਿਆਦਾ ਠੰਡਾ ਪਾਣੀ ਸੀ ਇਹਦਾ, ਮਜ਼ੇਦਾਰ। ਆਹ ਦੇਖੋ ਫੁੱਲ ਲੱਗੇ ਹੋਏ ਨੇ ਅਤੇ ਕਿੱਡੇ ਸੋਹਣੇ ਲੱਗਦੇ ਨੇ। ਪਿੰਡ ਦੇ ਮਾਹੌਲ ਦਾ ਮਜ਼ਾ ਹੀ ਆਪਣਾ ਹੈ। ਅਤੇ ਕਿਤੇ ਵੀ ਚਲੇ ਜਾਓ, ਜੋ ਮਜ਼ਾ ਪਿੰਡ 'ਚ ਹੈ ਉਹ ਕਿਸੇ ਵੀ ਸ਼ਹਿਰ 'ਚ ਕਿਸੇ ਵੀ ਹੋਰ ਮਾਹੌਲ 'ਚ ਨਹੀਂ ਹੁੰਦਾ। ਚਲੋ ਜੀ, ਨਾਲ ਨਾਲ ਤੁਸੀਂ ਮਿਊਜ਼ਿਕ ਇੰਜੋਏ ਕਰੋ ਅਤੇ ਮੇਰੇ ਪਿੰਡ ਦੀ ਖੂਬਸੂਰਤੀ ਇੰਜੋਏ ਕਰੋ ਅਤੇ ਵਿੱਚ ਵਿੱਚ ਜਿੱਥੇ ਲੋੜ ਪਈ ਮੈਂ ਤੁਹਾਡੇ ਨਾਲ।
ਜੀ ਜਾਮਨ ਦਾ ਬੂਟਾ ਹੈ ਅਤੇ ਜੰਮੂ ਵੀ ਕਹਿੰਦੇ ਨੇ ਲੋਕ ਇਹਨੂੰ ਅਤੇ ਜਾਮਨਾਂ ਦਾ ਹਜੇ ਮੌਸਮ ਸ਼ੁਰੂ ਹੋਇਆ ਬਹੁਤ ਹਜੇ ਰਸੀਲੀਆਂ ਤਾਂ ਮੋਟੀਆਂ ਨਹੀਂ ਹੋਈਆਂ ਇਨਸ਼ਾਅੱਲਾ ਬਾਰਿਸ਼ ਤੋਂ ਬਾਅਦ ਇਹ ਸਹੀ ਖਾਣ ਵਾਲੀਆਂ ਹੋ ਜਾਂਦੀਆਂ ਨੇ ਅੱਲਾ ਪਾਕ ਖੈਰ ਕਰੇ ਬਾਰਿਸ਼ ਹੋਏਗੀ ਅਤੇ ਫਿਰ ਇਹ ਬਿਹਤਰੀਨ ਫਲ ਬਣ ਕੇ ਤਿਆਰ ਹੋ ਜਾਏਗਾ ਉਦੋਂ ਤੱਕ ਜਿਹੜਾ ਨਾ ਅੱਲਾ ਖੈਰ ਕਰੇ ਜਾਨਵਰ ਅਤੇ ਪਰਿੰਦੇ ਇੰਜੋਏ ਕਰ ਰਹੇ ਇਹਨਾਂ ਨੂੰ ਅਤੇ ਇਨਸ਼ਾਅੱਲਾ ਅਸੀਂ ਵੀ ਖਾਵਾਂਗੇ ਜਦੋਂ ਜ਼ਰਾ ਮੋਟੀਆਂ ਹੋ ਜਾਣੀਆਂ ਅਤੇ ਸਾਡੇ ਖਾਣ ਵਾਲੀਆਂ ਹੋ ਜਾਣੀਆਂ ਅਤੇ ਬੜੀ ਮੈਂ ਕੋਸ਼ਿਸ਼ ਕੀਤੀ ਤੁਹਾਨੂੰ ਔਖੀ ਸੌਖੀ ਹੋ ਕੇ ਥੋੜ੍ਹਾ ਬਹੁਤ ਫੋਕਸ ਕਰਾ ਦੇਵਾਂ ਕਿਤੇ ਨਾ ਕਿਤੇ ਮੈਂ ਕਾਮਯਾਬ ਹੋ ਹੀ ਜਾਊਂਗੀ ਬਸ ਤੁਸੀਂ ਦੇਖੀ ਚੱਲੋ ਅਤੇ ਸਾਡੇ ਨਾਲ ਬਣੇ ਰਹੋ ਅਤੇ ਨਾਲ ਨਾਲ ਜਿਹੜਾ ਨਾ ਮੈਨੂੰ ਕਮੈਂਟ ਸੈਕਸ਼ਨ 'ਚ ਦੱਸਿਓ ਜ਼ਰੂਰ ਵੀ ਤੁਹਾਨੂੰ ਕਿਵੇਂ ਦਾ ਲੱਗਿਆ ਮੇਰੇ ਕਾਫੀ ਸਾਰੇ ਭੈਣ ਭਾਈਆਂ ਨੇ ਰਿਕੁਐਸਟ ਕੀਤੀ ਸੀ ਵੀ ਸਾਨੂੰ ਆਪਣੇ ਵਲੋਗਸ ਪਿੰਡ ਦੇ ਜ਼ਰੂਰ ਭੇਜ ਹੀ ਚੱਲਿਆ ਕਰੋ ਜਿਹੜੀ ਵੀ ਕੋਈ ਚੀਜ਼ ਸਾਡੇ ਪਿੰਡ 'ਚ ਹੈਗੀ ਹੈ ਸਾਨੂੰ ਦਿਖਾਈ ਚੱਲਿਆ ਕਰੋ ਖਾਸ ਤੌਰ 'ਤੇ ਉਹ ਮੇਰੀਆਂ ਭੈਣਾਂ ਜਿਹੜੀਆਂ ਬਾਹਰ ਰਹਿੰਦੀਆਂ ਨੇ ਉਹਨਾਂ ਦੀ ਤੋਂ ਬਹੁਤ ਰਿਕੁਐਸਟ ਆਉਂਦੀ ਰਹਿੰਦੀ ਹੈ ਕਿ ਤੁਸੀਂ ਸਾਨੂੰ ਆਪਣੇ ਪਿੰਡ ਦਾ ਵੀ ਜ਼ਰੂਰ ਕਰਾਇਆ ਕਰੋ ਤਾਂ ਕਿ ਅਸੀਂ ਇੱਥੇ ਬਹਿ ਕੇ ਆਪਣੇ ਪਿੰਡ ਦੇ ਨਾਲ ਅਸੀਂ ਵੀ ਆਪਣੇ ਮੁਲਕ ਦੇ ਨਾਲ ਜੁੜੇ ਰਹੀਏ ਤਾਂ ਕਿ ਸਾਨੂੰ ਵੀ ਆਪਣੇ ਪਿੰਡ ਦੀ ਯਾਦ ਜਿਹੜੀ ਆਉਂਦੀ ਹੈ ਨਾ ਉਹ ਸਤਾਵੇ ਨਾ ਅਸੀਂ ਤੁਹਾਡਾ ਪਿੰਡ ਦੇਖ ਕੇ ਆਪਣਾ ਦਿਲ ਰਾਜ਼ੀ ਕਰ ਲਿਆ ਕਰੀਏ ਬਹੁਤ ਸ਼ੁਕਰੀਆ ਬਹੁਤ ਜਜ਼ਾਕੱਲਾ ਸਾਡੇ ਨਾਲ ਬਣੇ ਰਹਿਣ ਦਾ ਅਲੱਗ ਹੀ ਮਜ਼ਾ ਸੀ ਕਿਉਂਕਿ ਅਸੀਂ ਵੀ ਰੋਜ਼ ਥੋੜ੍ਹੀ ਜਾਈ ਆਈਦਾ ਬਸ ਇੱਦਾਂ ਕਦੀ ਕਦੀ ਜਾਈ ਆਈਦਾ ਅਤੇ ਫਿਰ ਬੰਦਾ ਬਹੁਤ ਇੰਜੋਏ ਕਰਦਾ ਅਤੇ ਆਹ ਦੇਖੋ ਜੀ ਅੰਬ ਦਾ ਬੂਟਾ ਕਿੱਡਾ ਸੋਹਣਾ ਲੱਗ ਰਿਹਾ ਅਤੇ ਇਹਦੀਆਂ ਟਹਿਣੀਆਂ ਦੇਖੋ ਕਿੱਡੀਆਂ ਮੋਟੀਆਂ ਨੇ ਔਰ ਆਹ ਜਿਹੜੇ ਨੀਚੇ ਨੀਚੇ ਇਹਦੇ ਮੋਟੇ ਟਾਹਣੇ ਨਜ਼ਰ ਆ ਰਹੇ ਨੇ ਇਹਨਾਂ 'ਤੇ ਚੜ੍ਹ ਕੇ ਬਹਿਣ ਦਾ ਮਜ਼ਾ ਹੀ ਆਪਣਾ ਅਤੇ ਠੰਡੀ ਹਵਾ ਚੱਲ ਰਹੀ ਸੀ ਹਾਲਾਂਕਿ ਧੁੱਪ ਬਹੁਤ ਜ਼ਿਆਦਾ ਸੀ ਇਸ ਦੇ ਬਾਵਜੂਦ ਜਿਹੜਾ ਮਾਹੌਲ ਬਹੁਤ ਚੰਗਾ ਲੱਗ ਰਿਹਾ ਸੀ ਆਹ ਦੇਖੋ ਕਿੰਨਾ ਮਾਸ਼ਾਅੱਲਾ ਗ੍ਰੀਨ ਗ੍ਰੀਨ ਮਾਹੌਲ ਆ ਅਤੇ ਸੋਹਣਾ ਲੱਗ ਰਿਹਾ ਸੀ ਅੱਲਾ ਪਾਕ ਦੀਆਂ ਕੁਦਰਤਾਂ ਉਹਨੇ ਮਾਸ਼ਾਅੱਲਾ ਬਹੁਤ ਨਵਾਜ਼ਿਆ ਸਾਨੂੰ ਅਤੇ ਕਿਤੇ ਨਿੰਬੂ ਕਾਗਜ਼ ਹੀ ਲੱਗੇ ਹੋਏ ਸਨ ਛੋਟੇ ਛੋਟੇ ਬੜੇ ਪਿਆਰੇ ਕਿਤੇ ਲੱਗੇ ਹੋਏ ਸੀ ਵੱਡੇ ਵਾਲੇ ਕਿਤੇ ਖੱਟੀਆਂ ਲੱਗੀਆਂ ਹੋਈਆਂ ਸਨ ਅਤੇ ਆਹ ਜਨਾਬ ਅਮਰੂਦ ਦਾ ਪੌਦਾ ਹੈ ਅਤੇ ਛੋਟੇ ਛੋਟੇ ਅਮਰੂਦ ਲੱਗੇ ਹੋਏ ਨੇ ਇਹਨਾਂ ਨੇ ਨਹੀਂ ਝਾੜੇ ਆਪਣੇ ਅਮਰੂਦ ਇਹ ਵੀ ਮੈਂ ਕਿਹਾ ਪਕੜ ਕੇ ਮੈਂ ਦਿਖਾਏ ਸੀ ਤੁਹਾਨੂੰ ਛੋਟੇ ਛੋਟੇ ਲੱਗੇ ਹੋਏ ਨੇ ਬੜੇ ਹੋ ਜਾਣਗੇ ਅਤੇ ਮਜ਼ੇਦਾਰ ਹੋ ਜਾਣਗੇ ਪੱਕ ਕੇ ਅਤੇ ਆਹ ਵੀ ਕੋਈ ਟਾਹਲੀ ਦਾ ਬੂਟਾ ਆ ਅਤੇ ਕੋਈ ਹੈਗਾ ਜਨਾਬ ਉਹ ਟਾਹਲੀ ਥੱਲੇ ਬਹਿ ਕੇ ਨਾ ਉਹ ਜਿਹੜਾ ਗਾਣਾ ਯਕੀਨਨ ਸੁਣਿਆ ਹੋਇਆ ਤੁਸੀਂ ਇਹ ਉਹੀ ਟਾਹਲੀ ਹੈ ਜਿਹਦੇ ਥੱਲੇ ਬਹਿ ਕੇ ਉਹਨੇ ਗਾਣਾ ਗਾਇਆ ਹੋਇਆ ਸੀ ਅਤੇ ਵਿੱਚ ਸਫੈਦੇ ਦੇ ਬੂਟੇ ਨੇ ਨਿੰਮ ਦੇ ਬੂਟੇ ਨੇ ਬੇਰੀ ਦੇ ਬੂਟੇ ਨੇ ਇੱਧਰ ਵੇਖ ਲਓ ਜੀ ਕੀ ਹੋ ਰਿਹਾ ਹੈ ਆਹ ਰਬੀ ਸਾਹਿਬ ਆਪਣੇ ਅੱਬਾ ਜੀ ਦੇ ਮੋਢਿਆਂ 'ਤੇ ਚੜ੍ਹ ਕੇ ਬੈਠੇ ਨੇ ਪਰ ਇਹ ਕੰਮ ਚੰਗਾ ਬੜਾ ਹੁੰਦਾ ਨੇ ਜਿਹੜੇ ਬੱਚਿਆਂ ਨੂੰ ਅਸੀਂ ਬਚਪਨ 'ਚ ਆਪਣੇ ਮੋਢਿਆਂ 'ਤੇ ਚੜ੍ਹਾ ਕੇ ਬਿਠਾਈ ਦਾ ਨਾ ਉਹ ਬੱਚੇ ਇਨਸ਼ਾਅੱਲਾ ਸਾਨੂੰ ਜਦੋਂ ਮਾਂ ਬਾਪ ਬੁੱਢੇ ਹੋ ਜਾਂਦੇ ਨੇ ਉਹਨਾਂ ਨੂੰ ਜ਼ਰੂਰ ਚੁੱਕਦੇ ਨੇ ਅਤੇ ਉਹ ਵੀ ਆਪਣੇ ਕੰਧਿਆਂ 'ਤੇ ਜ਼ਰੂਰ ਰੱਖਦੇ ਨੇ ਤੁਹਾਨੂੰ ਇਹ ਮੇਰਾ ਛੋਟਾ ਜਿਹਾ ਮੈਸੇਜ ਆ ਖਾਸ ਤੌਰ 'ਤੇ ਅੱਜ ਦੀ ਵੀਡੀਓ 'ਚ ਦੇਖੋ ਜੀ ਟਰੈਕਟਰ 'ਤੇ ਕਿਹਨੂੰ ਕਿਹਨੂੰ ਸ਼ੌਕ ਆ ਟਰੈਕਟਰ 'ਤੇ ਬਹਿਣ ਦਾ ਆ ਜਾਓ ਸਾਰੇ ਜਣੇ